ਅਹ ਦੋਸਤੋ ਮੇਰੀ ਕਿਤਾਬ ਮਨ ਦੇ ਬੁਹੇ ਬਾਰੀਆਂ ਚੋਂ ਇੱਕ ਗਜ਼ਲ ਜਿਹੜੀ ਮੈਂ 1987-88 ਚ ਲਿਖੀ ਸੀ ਉਹ ਇਸ ਵਾਸਤੇ ਸਾਂਝੀ ਕਰ ਰਿਹਾ ਕਿਉਂਕਿ ਹਾਲਾਤ ਦਾ ਇਸ ਚੋਂ ਤੁਹਾਨੂੰ ਮੰਜ਼ਰ ਦੇ ਸਕਦਾ ਕਿ ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ ਸਾਡੇ ਪਿੰਡ ਤਾਂ 4 ਵਜੇ ਹੀ ਪੈ ਜਾਂਦੀ ਹੈ ਰਾਤ ਮੀਆਂ ਅਸੀਂ ਤਾਂ ਇਸ ਦੀਆਂ ਨੀਹਾਂ ਦੇ ਵਿੱਚ ਸਿਰ ਦਿੱਤੇ ਸੀ ਇਸ ਲਈ ਪੁੱਤ ਪੋਤਰੇ ਵਾਸ ਕਰਨਗੇ ਜੱਜ ਆਉਂ ਬਰਸਾਤ ਮੀਆਂ ਰੋਜ਼ ਦਿਹਾੜੀ ਸੱਥਰ ਵਿਛ ਦੇ ਕੀਰਨਿਆਂ ਦੀ ਆਵਾਜ਼ ਸੁਣੇ ਇੱਕ ਇੱਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ ਰਾਜਪਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜਰਾ ਕਈ ਵਰਿਆਂ ਤੂੰ ਇਸ ਪਸਤੀ ਵਿੱਚ ਆਈ ਨਹੀਂ ਪ੍ਰਭਾਤ ਮੀਆਂ ਮੇਰੀ ਚੀਖ ਸੁਣਦੇ ਆ ਲੋਕਾ ਜਾਗ ਤੇ ਸੰਘਰਸ਼ ਵੀ ਕਰ ਆਪਣੇ ਆਪ ਨਹੀਂ ਇਹ ਮੁਕਣੀ ਗਾਮ ਦੀ ਕਾਲੀ ਰਾਤ ਮੀਆਂ ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮਸਫਰੋ ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮਸਫਰੋ ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ ਤੇ ਸੁਕਰਾਤ ਮੀਆਂ ਜਿਹੜੇ ਵੇਲੇ ਚੋਗਾ ਚੁੱਕ ਕੇ ਪੰਛੀ ਘਰ ਨੂੰ ਮੁੜਦੇ ਨੇ ਇੱਕ ਦੂਜੇ ਤੋਂ ਲੁਕਦੇ ਫਿਰਿਏ ਮੈਂ ਤੇ ਮੇਰੀ ਜ਼ਾਤ ਮੀਆਂ ਮੈਂ ਤਾਂ ਇਸ ਚਰਾਹੇ ਦੇ ਵਿੱਚ ਆਪਣਾ ਦੀਵਾ ਧਰ ਚੱਲਿਆ ਲਾਟ ਬਚਾਇਓ ਡਾਢੀ ਨੇਰੀ ਸਿਰ ਤੇ ਕਾਲੀ ਰਾਤ ਮੀਆਂ ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ ਸਾਡੇ ਪਿੰਡ ਤਾਂ 4 ਵਜੇ ਹੀ ਪੈ ਜਾਂਦੀ ਹੈ ਰਾਤ ਮੀਆ ਧੰਨਵਾਦ ਤੁਹਾਡਾ ਆਪਣਾ ਗੁਰਪ੍ਰਜਨ ਗੇਲ